ਪਾਸੇ ਕਰ ਲਾ। ਹੈਲੋ, ਪਰਾਂ ਕਰ, ਲੇਟ ਹੋਏ ਆਪਾਂ ਅੱਗੇ। ਪਰ ਇਹਦੀ ਹਾਲਤ ਆ ਜਿਹੜੀ ਉਹ ਵਧੀਆ ਨਹੀਂ ਹੈ, ਚਾਲੂ ਹਾਲਤ 'ਚ ਨਹੀਂ ਹੈਗਾ। ਚਲੋ ਕੰਮ ਨਾ, ਆ ਇਹਦਾ ਨੰਬਰ ਹੈ 7161WP। ਇਹ ਫਿਲਮ ਦੇ ਵਿੱਚ ਵੀ ਆਉਂਦਾ ਨੰਬਰ, ਗੌਰ ਕਰ ਲਿਓ, ਸੇਮ ਉਹੀ ਇੰਜਨ ਹੈ। ਹੈਂਡ ਸਿਗਨਲ ਲੈਂਪ। ਸਤਿ ਸ਼੍ਰੀ ਅਕਾਲ ਜੀ ਦਰਸ਼ਕੋ, ਕੀ ਹਾਲ ਚਾਲ ਹੈ? ਖੜ੍ਹੇ ਹਾਂ ਰਿਵਾੜੀ ਦੇ ਵਿੱਚ, ਹਰਿਆਣਾ, ਅਤੇ ਲੈ ਕੇ ਆਇਆ ਤੁਹਾਡੇ ਵਾਸਤੇ ਖਾਸ ਵੀਡੀਓ। ਇੰਜਨ ਦਾ ਨਾਮ ਆ ਅਕਬਰ, ਅਤੇ ਇਹ ਉਹੀ ਉਹ ਇੰਜਨ ਹੈ ਜਿਹੜਾ ਗਦਰ ਵਨ ਦੇ ਵਿੱਚ ਸੀ, ਜਿਹੜਾ ਸੰਨੀ ਦਿਓਲ ਨੂੰ, ਜਿਹੜਾ ਸੰਨੀ ਦਿਓਲ ਪਾਕਿਸਤਾਨ ਦੇ ਵਿੱਚੋਂ ਜਦੋਂ ਅਮੀਸ਼ਾ ਨੂੰ ਲੈ ਕੇ ਆਉਂਦਾ। ਪੁਰਾਣੇ ਰੋੜੀ ਕੁੱਟ ਹੈ, ਭਾਫ 'ਤੇ ਚੱਲਣ ਵਾਲੀਆਂ ਹੋਰ ਮਸ਼ੀਨਾਂ, ਜਦੋਂ ਪਹਿਲਾਂ ਟ੍ਰੇਨਾਂ ਜਾਂ ਕੋਈ ਖਰਾਬ ਹੋ ਜਾਂਦੀ ਸੀ ਤਾਂ ਉਹਨੂੰ ਭਾਫ ਵਾਲੀ ਨੀ ਜਿਹੜੀ ਕਰੇਨ ਹੁੰਦੀ ਸੀ ਉਹਨੂੰ ਇੱਧਰ ਉੱਧਰ ਕਰਦੀ ਸੀ, ਅਤੇ ਉਹ ਵੀ ਇੱਥੇ ਹੈਗੀਆਂ। ਅਤੇ ਇੱਕ ਮਿਊਜ਼ੀਅਮ ਬਣਿਆ ਹੋਇਆ ਉੱਥੇ, ਕੁਛ ਕੁ ਪੁਰਾਣੀਆਂ ਰੇਲ ਦੇ ਸੰਬੰਧ 'ਚ ਹੀ ਕਈ ਚੀਜ਼ਾਂ ਹੈਗੀਆਂ, ਰੇਲਵੇ ਦੇ ਇੰਜਨ ਦੇ ਬੁਰਸ਼, ਹੋਰ ਸਮਾਨ, ਟੋਕਨ ਮਸ਼ੀਨ, ਫਲੈਗ, ਲੈਂਪ, ਸਿਗਨਲ ਲੈਂਪ, ਉਹ ਸਾਰੀਆਂ ਆਪਾਂ ਦੇਖਾਂਗੇ ਅੱਜ। ਆ ਜਾਓ ਚੱਲਦੇ ਹਾਂ। ਆ ਇਹਦਾ ਨੰਬਰ ਹੈ 7161WP। ਇਹ ਫਿਲਮ ਦੇ ਵਿੱਚ ਵੀ ਆਉਂਦਾ ਨੰਬਰ, ਗੌਰ ਕਰ ਲਿਓ, ਸੇਮ ਉਹੀ ਇੰਜਨ ਹੈ। ਅਤੇ ਮੈਂ ਜਾਣਾ ਅਮੀਸ਼ਾ ਨੂੰ ਲੈਣ ਪਾਕਿਸਤਾਨ 'ਚ, ਅਤੇ ਤੇਲ ਪਾਣੀ ਪਾਤਾ ਸੀ ਬਈ 'ਚ ਕਿ ਕੋਲ ਹੀ ਹੈ, ਪਰ ਇਹ 'ਚ ਨਾ ਚੱਲ ਗਿਆ ਹਰਪ੍ਰੀਤ, ਅਤੇ ਨਾਲ ਮੇਰੇ ਕੈਮਰਾਮੈਨ ਹਰਪ੍ਰੀਤ। ਹਰਪ੍ਰੀਤ ਮੇਰੀ ਸਾਰੇ ਵੀਡੀਓ ਯੂਟਿਊਬਾਂ 'ਤੇ ਮੇਰੀ ਵੀਡੀਓ ਕਰ ਦਿੰਦਾ ਭਾਈ, ਅਤੇ ਵਿਚਾਰਾ ਇਹ ਵੀ ਅੱਕਦਾ ਨਹੀਂ ਮੇਰੇ ਨਾਲ, ਜਿਹਨੂੰ ਰਿਵਾੜੀ 'ਚ ਵਸਾ ਲਿਆ ਮੈਂ। ਅਤੇ ਆ ਗਏ ਜੀ, ਲਓ ਜੀ, ਆ ਜਾ ਅੰਦਰ ਆ ਜਾ। ਖੜੇ ਹਾਂ ਜੀ ਉਸ ਇੰਜਨ ਦੇ ਵਿੱਚ, ਅਤੇ ਜਦੋਂ ਉਹਦੇ ਪਿੱਛੇ ਅਮਰੀਸ਼ਪੁਰੀ ਦੇ ਸਾਰੇ ਜਿਹੜੇ ਪਾਕਿਸਤਾਨ ਦੀ ਆਰਮੀ ਹੁੰਦੀ ਹੈ ਉਹਦੇ ਸੰਨੀ ਦੌਲ ਦੇ ਪਿੱਛੇ ਪੈ ਜਾਂਦੀ ਹੈ, ਅਤੇ ਫਿਰ ਇਹਦੇ ਵਿੱਚ ਹਮੇਸ਼ਾ ਕੀ ਕਰਦੇ ਹੁੰਦੇ, ਜਦੋਂ ਇੰਜਨ ਦੇ ਵਿੱਚ ਪਹੁੰਚ ਜਾਂਦੇ ਹੁੰਦੇ ਆ ਅਤੇ ਫਟਾਫਟ ਪਿੱਛੇ ਤੋਂ ਕੋਲਾ ਚੱਕ ਕੇ ਇਹਦੇ ਵਿੱਚ ਹਮੇਸ਼ਾ ਸਿੱਟਦੀ ਹੁੰਦੀ ਹੈ, ਅਤੇ ਸੰਨੀ ਦੌਲ ਉੱਥੇ ਖੜ੍ਹ ਕੇ ਪਿੱਛੇ ਗੋਲੀਆਂ ਮਾਰ ਰਿਹਾ ਹੁੰਦਾ ਆਰਮੀ ਦੇ, ਅਤੇ ਇੱਕ ਜਿਹੜਾ ਜੋੜੇ ਵਾਲਾ ਬੱਚਾ ਹੁੰਦਾ ਜੀਤਾ, ਅਤੇ ਉਹ ਵੀ ਆਪਦੀ ਹਮੇਸ਼ਾ ਨੂੰ ਦੇਖ ਕੇ, ਜਿੱਥੇ ਹਮੇਸ਼ਾ ਇੱਥੋਂ ਕੋਲਾ ਸਿੱਟ ਰਹੀ ਹੁੰਦਾ ਉਹ ਵੀ ਇੱਥੇ ਦੇਖ ਕੇ, ਉਹਨੂੰ ਦੇਖ ਕੇ ਇੱਕ ਇੱਕ ਕੋਲਾ ਚੱਕ ਕੇ ਇਹਦੇ ਵਿੱਚ ਕੀ ਹੈ ਸਿੱਟਣ ਲੱਗ ਜਾਂਦਾ। ਅਤੇ ਪਰ ਇਹਦੀ ਹਾਲਤ ਆ ਜਿਹੜੀ ਉਹ ਵਧੀਆ ਨਹੀਂ ਹੈ, ਚਾਲੂ ਹਾਲਤ 'ਚ ਨਹੀਂ ਹੈਗਾ, ਇਸ ਟਾਈਮ ਗਲਾ ਪਿਆ, ਪਰ ਇਹ ਚੱਲ ਸਕਦਾ। ਪਰ ਇਹ 'ਚ ਭਾਰਤ ਸਰਕਾਰ ਦਾ ਕਹਿ ਲਓ ਜਾਂ ਇੱਥੋਂ ਦੇ ਜਿਹੜੇ ਮਿਊਜ਼ੀਅਮ ਦੇ ਵਿੱਚ ਖੜ੍ਹਾ ਹੈ, ਇਹਦੀ ਸਾਂਭ ਸੰਭਾਲ ਹੈ ਨਹੀਂ ਬਿਲਕੁਲ ਵੀ, ਪਰ ਇਹ ਚੀਜ਼ਾਂ ਐਂ ਛੱਡਣ ਵਾਲੀਆਂ ਹੈ ਨਹੀਂ ਜਿਵੇਂ ਛੱਡੀ ਬੈਠੇ ਆ। ਇਤਿਹਾਸਕ ਚੀਜ਼ਾਂ ਨੇ, ਅੰਗਰੇਜ਼ਾਂ ਦੇ ਟਾਈਮ ਦੀਆਂ ਨੇ, ਅਤੇ ਪਤਾ ਨਹੀਂ ਕਿਉਂ ਇਹਦੀ ਸਾਂਭ ਸੰਭਾਲ ਕਰ ਨਹੀਂ ਰਹੇ ਕੋਈ। ਅਤੇ ਮੈਂ ਉਹ ਇੰਜਨ ਦੇ ਬਿਲਕੁਲ ਵਿੱਚ ਹਾਂ, ਅਤੇ ਇੱਥੋਂ ਇਹ ਆਹ ਜਗ੍ਹਾ ਜਿਹੜੀ ਆਹ ਵਾਲੀ ਚੀਜ਼ ਹੈਗੀ ਆ ਨਾ ਦਰਸ਼ਕੋ, ਇਹਦੇ ਨਾਲ ਹੀ ਭਾਫ ਆ ਜਿਹੜੀ ਘੱਟ ਵੱਧ ਛੱਡੀ ਜਾਂਦੀ ਹੈ, ਇੱਦਾਂ ਇੱਦਾਂ ਕਰਕੇ ਤੁਸੀਂ ਦੇਖਿਓ ਯੂਟਿਊਬ ਦੇ ਉੱਤੇ, ਤੁਸੀਂ ਦੇਖਿਓ ਅੰਗਰੇਜ਼ਾਂ ਦੇ ਜੋ ਪੁਰਾਣੇ ਇੰਜਨ ਆ ਨਾ, ਤੁਸੀਂ ਭਰ ਕੇ ਦੇਖੋ ਸਟੀਮ ਇੰਜਨ, ਅਤੇ ਉਹ ਇੱਥੋਂ ਇੱਥੋਂ ਹੜ ਕੇ ਐਵੇਂ ਐਵੇਂ ਛੱਡਦੇ, ਅਤੇ ਥੋੜ੍ਹੀ ਥੋੜ੍ਹੀ ਭਾਫ ਨਿਕਲਦੇ, ਅਤੇ ਇੰਜਨ ਅੱਗੇ ਨੂੰ ਵੱਧਦਾ, ਇੱਥੋਂ ਚੱਲਦਾ ਹੈ। ਅਤੇ ਆਹ ਇਹਦੇ ਮੀਟਰ ਵਗੈਰਾ ਹੈਗਾ ਭਾਫ ਦੇ, ਅਤੇ ਆਹ ਵੀ ਇਹਦਾ ਸਾਰੇ ਕੰਟਰੋਲ ਹੈ। ਅਤੇ ਇੱਥੇ ਇੱਕ ਰੱਸੀ ਜੀ ਹੁੰਦੀ ਸੀ ਜਿਹਦੇ ਨਾਲ ਖਿੱਚ ਕੇ ਉਹ
ਭਾਫ ਵਾਲਾ ਜਿਹੜਾ ਹਾਰਨ ਆ ਜਿਹੜਾ ਉਹ ਵੱਜਦਾ ਹੁੰਦਾ ਸੀ ਤਾਂ ਉਹ ਇੱਥੇ ਹੈ ਨਹੀਂ ਹੁਣ ਇਹਦੇ, ਅਤੇ ਹੋਰ ਆਹ ਵੀ ਭਾਫ ਵਾਸਤੇ ਛੱਡਣ ਵਾਸਤੇ ਸਾਰਾ ਕੁਛ, ਆਹ ਡਰਾਈਵਰ ਦੇ ਬੈਠਣ ਵਾਸਤੇ ਆ, ਠੀਕ ਹੈ, ਉੱਧਰਲੇ ਪਾਸੇ ਵੀ ਸੀਗੀ ਇੱਕ, ਉਸ ਸਾਈਡ ਹੈ ਨਹੀਂ ਗੀ ਹੁਣ। ਆਹ ਜਦੋਂ ਜਦੋਂ ਸੰਨੀ ਦਿਓਲ ਇੰਜਨ ਦੇ ਵਿੱਚ ਆ ਪਾਸੇ ਕਰ ਲਾ, ਹੈਲੋ ਪਰਾਂ ਕਰ, ਲੇਟ ਹੋਇਆ ਪਏ ਅੱਗੇ, ਚਲੋ ਵੀ ਚੱਲ ਛੇਤੀ ਕਰ ਪਾਸੇ ਕਰ, ਚੱਲਾਂ ਵੀ ਪਿੱਛੇ ਨਹੀਂ ਗਿਆ ਮਾਰੇ ਬੰਦਾ ਤਾਂ ਨਹੀਂ ਕੋਈ ਬੈਕ ਕਰਨਾ। ਦਰਸ਼ਕ ਆਹ ਜਗ੍ਹਾ 'ਤੇ ਬਹਿ ਕੇ ਇਹਨੂੰ ਜਿਹੜਾ ਹੈਗਾ ਨਾ ਉਸ ਟਾਈਮ ਟ੍ਰੇਨ ਦਾ ਡਰਾਈਵਰ ਇਹਨੂੰ ਚਲਾਉਂਦਾ ਸੀ, ਉਹਦੇ ਸਾਹਮਣੇ ਬਿਲਕੁਲ ਸਪੀਡ ਮੀਟਰ ਆ, ਸਪੀਡ ਮੀਟਰ 60-70-80-80 ਤੱਕ ਦਾ ਸਪੀਡ ਸੀ ਇਹਦੀ, 10-20-30-40-50-60-70-80-80-90 ਤੱਕ ਸਪੀਡ ਆ ਜੀ ਸਾਰੀ। ਅਤੇ ਇੱਥੋਂ ਦੀ ਕੋਲਾ ਪੈਂਦਾ ਜੀ, ਦਿਖਾਈ ਹੈ ਹਰਪ੍ਰੀਤ ਦੇ 'ਚ, ਇੱਥੋਂ ਦੇ ਵਿੱਚ ਕੋਲਾ ਪੈਂਦਾ ਸੀ, ਅਤੇ ਇੱਥੋਂ ਆਹ ਜਗ੍ਹਾ ਆਹ ਚੀਜ਼ ਤੋਂ ਆਹ ਇੱਥੋਂ ਚੱਲਦਾ ਸੀ, ਜਦੋਂ ਥੋੜ੍ਹਾ 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 ਐਵੇਂ ਐਵੇਂ ਕਰਦੇ ਸੀ ਨਾ, ਫਿਰ ਇਹ ਥੋੜ੍ਹਾ ਥੋੜ੍ਹਾ ਅੱਗੇ ਅੱਗੇ ਨੂੰ ਚੱਲਦਾ ਸੀ, ਹਿਲਦਾ ਸੀ। ਅਤੇ ਆਹ ਸ਼ੀਸ਼ੇ ਦੇ ਭਾਫ ਦਾ ਜਿਹੜਾ ਹੈਗਾ ਪਾਣੀ ਦਾ ਅਤੇ ਭਾਫ ਦਾ ਸਹੀ ਹੁਣ ਪਤਾ ਸੀ ਵੀ ਕਿੰਨੇ ਭਾਫ ਜ਼ਿਆਦਾ ਆ, ਘੱਟ ਆ, ਵੱਧ ਆ, ਸਾਰੇ ਮੀਟਰ ਇਹ। ਸੋ ਆਪਾਂ ਰਿਵਾੜੀ ਦੇ ਵਿੱਚ ਖੜ੍ਹੇ ਹਾਂ ਜੀ, ਹਰਿਆਣਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਚੰਗੀ ਲੱਗੀ ਤਾਂ। ਅਤੇ ਆ ਜਾਓ ਆਪਾਂ ਹੋਰ ਦੇ ਨਾ ਥੋੜ੍ਹੀਆਂ ਟ੍ਰੇਨ ਦੀਆਂ ਬੋਗੀਆਂ ਪੁਰਾਣੀਆਂ। ਦਰਸ਼ਕੋ ਇਹ ਪੁਰਾਣੇ ਡੱਬੇ ਆ ਟ੍ਰੇਨ ਦੇ, ਇਹਦੇ ਵਿੱਚ ਲੱਕੜ ਦੀਆਂ ਬਾਰੀਆਂ। ਇਹ ਹੈਗਾ ਜੀ ਰੋਡ ਵੀਲਰ, ਭਾਫ 'ਤੇ ਚੱਲਣ ਵਾਲਾ ਰੋੜੀ ਕੋਟਾ, ਦੋ ਖੜ੍ਹੇ ਆ ਜੀ ਇੱਥੇ, ਅੰਗਰੇਜ਼ਾਂ ਦੇ ਟਾਈਮ ਦੇ ਰੋੜੀ ਕੋਟਾ, ਭਾਫ ਨਾਲ ਚੱਲਦੇ ਸੀ। ਅਤੇ ਸੜਕਾਂ ਕਦੇ ਇਹ ਸਾਫ਼ ਕਰਦੇ ਸੀ, ਲੁੱਕ ਪੈਂਦੀ ਸੀ ਅਤੇ ਉੱਤੋਂ ਦੀ ਇਹ ਚੱਲਦੀ ਸੀ, ਇਹ ਵੀ ਭਾਫ ਨਾਲ ਚੱਲਦੇ ਹੁੰਦੇ ਸੀ ਉਦੋਂ। ਇੱਥੇ ਇਹਦੇ ਵਿੱਚ ਕੋਲਾ ਪੈਂਦਾ ਸੀ, ਅਤੇ ਉਹ ਸਾਹਮਣੇ ਕੋਲਾ ਪੈਂਦਾ ਸੀ, ਉੱਥੇ ਭਾਫ ਬਣਦੀ ਸੀ। ਆਹ ਇਹਦਾ ਸਟੇਅਰਿੰਗ ਹੈ, ਅਤੇ ਆਹ ਹੈਗੀ ਹੈ ਡਰਾਈਵਰ ਦੀ ਸੀਟ। ਇਹ ਵੀ ਰੋੜੀ ਕੋਟਾ ਜੀ ਭਾਫ ਵਾਲਾ, ਆਹ ਕੋਲਾ ਪਾਉਣ ਵਾਸਤੇ ਬਣਾਈਆਂ ਹੋਈਆਂ ਡੱਗੀਆਂ ਇਹਦੇ ਦੋਨੇ ਪਾਸੇ, ਦੋਨੇ ਸਾਈਡਾਂ 'ਤੇ ਕੋਲੇ ਵਾਲੀਆਂ ਡੱਗੀਆਂ, ਅਤੇ ਸਾਹਮਣੇ ਸਟੇਅਰਿੰਗ ਹੈ, ਸੀਟ ਇਹਦੀ ਹੈ ਨਹੀਂ, ਮਤਲਬ ਲਾਹਤੀ ਹੋਣੀ ਇਹਨਾਂ ਨੇ। ਇਹ ਵੀ ਰੋੜੀ ਕੋਟਾ ਅੰਗਰੇਜ਼ਾਂ ਦੇ ਟਾਈਮ ਦਾ, ਭਾਫ ਨਾਲ ਚੱਲਣ ਵਾਲਾ। ਤੁਸੀਂ ਦੇਖ ਰਹੇ ਹੋ
ਇਹ ਰਵਾੜੀ ਦੇ ਵਿੱਚ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਕਿ ਓਲਡ ਇੰਜਨ ਭਾਫ ਵਾਲੇ ਇਹਨਾਂ ਨੇ ਰੱਖੇ ਹੋਏ ਆ। ਆਹ ਇੱਕ ਹੋਰ ਖੜ੍ਹੀ ਹੈ ਇੱਥੇ, ਇਹ ਛੋਟੀ ਜਿਹੀ ਕਰੇਨ ਜੀ ਲੱਗਦੀ ਆ ਮੈਨੂੰ, ਇਹ ਵੀ ਮੈਨੂੰ ਲੱਗਦਾ ਉਸ ਟਾਈਮ ਜਦੋਂ ਕੋਈ ਇੰਜਨ 'ਚ ਕੋਲਾ ਭਰਨ ਵਾਸਤੇ ਆ, ਮੈਨੂੰ ਲੱਗਦਾ ਇਹ ਕੋਈ ਹੈ, ਇਹ ਸੀਗੀ ਇੰਜਨ 'ਚ ਕੋਲਾ ਭਰਨ ਵਾਸਤੇ। ਮੈਂ ਦੇਖੀ ਇਹਦੀ ਓਲਡ ਵੀਡੀਓ, ਉਹੀ ਹੋਈ ਆ ਇਹ, ਆਹ ਵਾਲੀ ਹੈ ਜੀ ਉਹ ਕਰੇਨ, ਜਦੋਂ ਰੇਲ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਸੀ ਤਾਂ ਇਹ ਲੈ ਕੇ ਆਉਂਦੀ ਉਹ ਖਿੱਚ ਕੇ ਚੱਕ ਤੱਕ, ਉਹ ਤੋਂ ਇਹ ਕਰਦੀ ਹੋਰ ਇੰਜਨਾਂ ਦੀ ਉਸ ਟਾਈਮ ਆਜ਼ਾਦ। ਇਹ ਇੰਜਨ ਦਾ ਨਾਮ ਦਰਸ਼ਕ ਆਜ਼ਾਦ ਹੈ, ਇਹ ਵੀ ਆਜ਼ਾਦੀ ਤੋਂ ਪਹਿਲਾਂ ਵੇਲੇ ਦਾ। ਕਿਆ ਬਾਤ ਹੈ ਜੀ, ਕਿਸੇ ਟਾਈਮ ਇਹ ਪਲੜੀਆਂ ਦੇ ਉੱਤੇ ਦੌੜਦੇ ਸੀ, ਪਰ ਮੈਨੂੰ ਬਹੁਤ ਦੁੱਖ ਲੱਗਿਆ ਇਹ ਦੇਖ ਕੇ ਕਿ ਸਾਰੇ ਇੰਜਨ ਚਾਲੂ ਹਾਲਤ ਵਿੱਚ ਨਹੀਂ ਹੈਗੇ, ਕੁਛ ਕੁ ਇੰਜਨ ਇਹਨਾਂ ਵਿੱਚੋਂ ਚਾਲੂ ਹਾਲਤ 'ਚ ਹੈ। ਇਹ ਇੰਜਨਾਂ ਦੀ ਬੈਕ ਸਾਈਡ ਆ, ਹਾਂ ਇੱਕ ਨਵਾਂ ਜਿਹਾ ਇੰਜਨ ਖੜ੍ਹਾ ਇਹਦੇ ਵਿੱਚ, ਇਹ ਮੈਨੂੰ ਲੱਗਦਾ ਇਹਨਾਂ ਨੂੰ ਆਸੇ ਪਾਸੇ ਕਰਨ ਵਾਸਤੇ ਖੜਾਇਆ ਹੋਊ ਇਹਨਾਂ ਨੇ, ਕਈ ਵਾਰੀ ਇਹ ਨਹੀਂ ਚੱਲਦੇ ਤਾਂ ਫਿਰ ਇਸੇ ਨਾਲ ਹੀ ਮੈਨੂੰ ਲੱਗਦਾ ਵੀ ਇਹ ਸਾਰੇ ਇੰਜਨ ਇੱਧਰ ਉੱਧਰ ਕਰਦੇ ਹੋਣਗੇ, ਕੁਛ ਕੁ ਇੰਜਨ ਇਹਦੇ ਵਿੱਚ ਚਾਲੂ ਹਾਲਤ 'ਚ। ਇਹ ਸਾਰੀ ਵਰਕਸ਼ਾਪ ਹੈ ਜੀ, ਇਹਨਾਂ ਦੇ ਟਰੁੰਕ ਟਰੁੰਕ ਪਏ ਆ ਪੁਰਾਣੇ, ਇੱਥੇ ਸਾਵਾ ਬਲੈਕ ਅਤੇ ਵਾਈਟ ਚੱਕੇ ਤੁਸੀਂ ਦੇਖ ਸਕੋ, ਕਿੱਡੇ ਕਿੱਡੇ ਚੱਕੇ ਆ ਯਾਰ। ਦਰਸ਼ਕ ਇਹਦਾ ਪਿਸਟਨ ਹੈ, ਆਪਲਾ ਤੁਸੀਂ ਦੇਖ ਰਹੇ ਹੋ ਨਾ, ਇਹ ਪਿਸਟਨ ਹੈ ਇਹਦਾ, ਇਹਦੇ ਵਿੱਚ ਭਾਫ ਚੱਲਦੀ ਸੀ ਅਤੇ ਇਹ ਆ ਚੱਕਿਆਂ ਨੂੰ ਅੱਗੇ ਪਿੱਛੇ ਕਰਦਾ ਸੀ। ਦਰਸ਼ਕੋ ਦੇਖ ਸਕਦੇ ਤੁਸੀਂ ਕਿੱਡਾ ਵੱਡਾ ਇੰਜਨ ਹੈ, ਹੋ ਪਿਆ ਕਮਰੇ ਦੀ ਛੱਤ ਜਿੰਨਾ ਉੱਚਾ ਹੈ, ਵੀਡੀਓ 'ਚ ਤਾਂ ਸ਼ਾਇਦ ਨਾ ਪਤਾ ਲੱਗਦਾ ਹੋਵੇ, ਇਹ ਘੱਟੋ ਘੱਟ 12 ਫੁੱਟ 13 ਫੁੱਟ 15 ਫੁੱਟ ਦੇ ਉੱਪਰ ਹੈ, ਇੰਨਾ ਉੱਚਾ ਅੱਗੇ ਤੋਂ ਇਹ। ਆਹ ਸਾਰੀ ਵਰਕਸ਼ਾਪ ਇਹਨਾਂ ਦੀ, ਆਹ ਮਤਲਬ ਜਿਹੜਾ ਖੋਲੀ ਬੈਠਾ ਨੇ ਚੱਲਦੂ ਚੱਲਦਾ ਇਹ, ਜੋ ਕਿ ਰਿਪੇਅਰ ਕਰ ਰਹੇ ਇਹਦੀ। ਇੱਦਾਂ ਦੇਖੀਏ ਆਹ ਵੀ ਸਾਰੀ ਵਰਕਸ਼ਾਪ ਇਹਨਾਂ ਦੀ। ਇੱਕ ਹੋਰ ਦਰਸ਼ਕ ਆਹ ਵਾਲਾ, ਹਾਂ ਥੋੜ੍ਹਾ ਜਿਹਾ ਛੋਟਾ ਬਾਕੀਆਂ ਨਾਲੋਂ, ਇਹਦਾ ਸਾਈਜ਼ ਛੋਟਾ ਇੰਜਨ ਦਾ, ਇਹ ਵੀ ਭਾਫ ਵਾਲਾ ਇੰਜਨ ਹੈ ਪਰ ਚਾਲੂ ਹਾਲਤ ਵਿੱਚ ਨਹੀਂ ਹੈ, ਦੁੱਖ ਦੀ ਗੱਲ ਹੈ।
ਕਿਉਂਕਿ ਬਾਹਰਲਿਆਂ ਨੇ ਨਾ ਬਾਹਰਲੇ ਕਾਊਂਟਰੀਆਂ ਤੁਸੀਂ ਇੰਜਨ ਦੇਖਿਓ ਯੂਟਿਊਬ 'ਤੇ ਕੱਢ ਕੇ, ਮੈਂ ਕਹਿੰਦਾ ਰੰਗ ਕਰਕੇ ਨਾ ਉਹਨਾਂ ਨੇ ਕਿਆ ਬਾਤਾਂ ਹੀ ਮਾਰ ਰੱਖੀਆਂ। ਛੱਤ ਦੀ ਲੋਹੇ ਦੀ ਅਤੇ ਵਿੱਚ ਲੱਕੜ ਦੀਆਂ ਫੱਟੀਆਂ ਲੱਗੀਆਂ ਹੋਈਆਂ, ਆਹ ਸਾਰੇ ਕੰਟਰੋਲ ਆ ਇਹਦੇ। ਸੋ ਇਹ ਸੀਗਾ ਜੀ ਰਿਵਾੜੀ ਦੇ ਵਿੱਚ ਹਰਿਆਣਾ ਰੇਲ ਮਿਊਜ਼ੀਅਮ, ਜਿੱਥੇ ਪੁਰਾਣੇ ਇੰਜਨ ਖੜ੍ਹੇ ਆ ਭਾਫ ਵਾਲੇ। ਸੋ ਮੇਰਾ ਮਨ ਸੀਗਾ ਬਹੁਤ ਟਾਈਮ ਦਾ ਆਉਣ ਦਾ, ਮੈਂ ਤਾਂ ਆਉਣਾ ਹੀ ਆਉਣਾ ਸੀ, ਅਤੇ ਤੁਸੀਂ ਵੀ ਦੇਖ ਸਕਦੇ ਹੋ ਜੀ। ਆਹੋ ਜੀ ਕਾਹ ਵਾਲਾ ਹੈ, ਗ੍ਰੀਨ ਰੰਗ ਦਾ ਹੋਰ ਆ ਗਿਆ ਇੱਕ ਛੋਟਾ ਜਿਹਾ। ਇਹ ਪੁੱਛਿਆ ਇਹਨਾਂ ਨੂੰ ਮੈਂ, ਇਹ ਕਿਵੇਂ ਚੱਲਦਾ? ਇਹ ਵਰਕਿੰਗ ਕੰਡੀਸ਼ਨ 'ਚ ਨਾ। ਸੋ ਖੜ੍ਹੇ ਹਾਂ ਜੀ ਰਿਵਾੜੀ ਦੇ ਵਿੱਚ ਰੇਲ ਮਿਊਜ਼ੀਅਮ ਦੇ ਵਿੱਚ। ਕੀ ਸਮਾਨ ਪਿਆ? ਬਹੁਤ ਸਾਰਾ ਸਮਾਨ ਹੈ ਇੱਥੇ, ਅੱਜ ਆਪਾਂ ਮਾਰ ਲਿਓ ਨਾ ਇੱਥੇ ਝਾਤ। ਇਹ ਮਿਊਜ਼ੀਅਮ ਦੇ ਵਿੱਚ ਇਹਨਾਂ ਨੇ ਰੱਖਿਆ ਹੋਇਆ ਬਣਾ ਕੇ ਛੋਟਾ ਜਿਹਾ ਇੰਜਨ, ਅੰਤਿਮ 17 ਇਹ ਟੋਕਨ ਮਸ਼ੀਨ ਹੈ ਜੀ। ਦਰਸ਼ਕੋ ਆ ਨਾ ਰੇਲ ਦੇ ਇੰਜਨ ਦੇ ਚੱਕਿਆਂ ਦੇ ਬੁਸ਼ ਹੈ, ਇਹ ਬੁਸ਼ ਪਿੱਤਲ ਦੇ, ਆ ਨੈਸ਼ਨਲ ਅਸੈਂਬਲ ਆ, ਆ ਇੰਜੈਕਟਰ ਆ, ਬੋਡੀ ਇੰਜੈਕਟਰ ਇਹ, ਆ ਤੁਸੀਂ ਦੇਖ ਸਕਦੇ ਹੋ ਬੋਡੀ ਇੰਜੈਕਟਰ। ਇਹ ਪੁਰਾਣੇ ਸਮੇਂ ਦੇ ਉਸ ਸਮੇਂ ਦੇ ਲੈਂਪ ਹੈ, ਬਫਰ ਲੈਂਪ, ਹੈਂਡ ਸਿਗਨਲ ਲੈਂਪ। ਦਰਸ਼ਕ ਆਪਾਂ ਦੇਖਦੇ ਨਾ ਆਮ ਹੀ ਜਦੋਂ ਰੇਲਵੇ ਟ੍ਰੇਨ ਆਉਂਦੀ ਹੈ, ਰੇਲ ਆਉਂਦੀ ਹੈ, ਅਤੇ ਬੰਦਾ ਹੱਥ ਦੇ ਵਿੱਚ ਬੈਟਰੀ ਜੀ ਮਾਰੀ ਜਾਂਦਾ ਹੁੰਦਾ ਹਰੇ ਰੰਗ ਦੀ, ਪਹਿਲਾਂ ਆਹ ਹੁੰਦੇ ਸੀ, ਆਹ ਲੈਂਪ। ਇਹਦੇ ਵਿੱਚ ਤੇਲ ਵਗੈਰਾ ਪਾ ਕੇ ਬੱਤੀ ਨਾਲ ਚਲਾ ਕੇ ਅੱਗ ਮਚਾ ਕੇ ਵਿੱਚ ਇਹਦੇ ਫਿਰ ਲੈਂਪ ਚੱਲਦੇ ਸੀ। ਇਹਦੇ ਅੱਗੇ ਜਿਹੜੇ ਸ਼ੀਸ਼ੇ ਸੀ ਉਹ ਕਲਰ ਦੇ ਅਲੱਗ ਅਲੱਗ ਕਲਰਾਂ ਦੇ ਪੈਂਦੇ ਹੁੰਦੇ ਸੀ, ਅੱਜ ਕੱਲ੍ਹ ਤਾਂ ਬੈਟਰੀਆਂ ਆ ਗਈਆਂ, ਜੋ ਮਰਜ਼ੀ ਕਲਰ ਦੇ ਲਓ। ਇਹ ਹੈਗੇ ਆ ਗ੍ਰੀਨ ਐਂਡ ਰੈੱਡ ਫਲੈਗ, ਜਿਹੜਾ TT ਕੋਲ ਪਿੱਛੇ ਪਿਛਲੇ ਡੱਬੇ ਦੇ ਵਿੱਚ ਨਹੀਂ ਝੰਡਾ ਹੁੰਦਾ, ਉਹ ਝੰਡੀ ਦਿੰਦਾ ਹੁੰਦਾ ਹਰੀ ਅਤੇ ਰੈੱਡ, ਉਹ ਵਾਲੀ ਇਹ ਪੁਰਾਣੀ ਆ। ਇਹਦੇ ਵਿੱਚ ਪਿੱਤਲ ਦੀਆਂ ਪਿੱਤਲ ਦੇ ਡੰਡੇ ਪਏ ਹੋਏ, ਜਿਹੜਾ ਫਲੈਗ ਦੇ ਵਿੱਚ ਡੰਡਾ ਪਾਉਣੇ ਨਾ ਆਪਾਂ, ਉਹ ਪਿੱਤਲ ਦਾ ਇਹਦੇ ਵਿੱਚ। ਇਹ ਆ ਐਂਟਰੀ 'ਤੇ ਨੌਰਥਨ ਰੇਲਵੇ ਦਿੱਲੀ ਡਿਵੀਜ਼ਨ ਹੈਰੀਟੇਜ ਸੀਡ ਰਿਵਾੜੀ। ਪਰ ਵਿਚਾਰੇ ਕੀ ਕਰਨੇ, ਇੰਜਨਾਂ ਨੂੰ ਜੰਗ ਲੱਗੀ ਜਾਂਦੀ ਆ। ਇਹ ਟਿਕਟ ਖਿੜਕੀ ਆ ਗੇਟ ਦੇ ਐਂਟਰ ਦੇ ਵਿੱਚ, ਇੱਥੋਂ ਟਿਕਟ ਲੈ ਸਕਦੇ ਹੋ, ਦੋ ਟਿਕਟਾਂ ਮਿਲਦੀਆਂ, ਇੱਕ 30 ਦੀ ਇੱਕ 50 ਦੀ। ਇਸ ਤੋਂ ਸਿੱਧਾ ਜਾ ਕੇ ਲਿਫਟ ਮੁੜੋਂਗੇ ਤਾਂ ਸਾਹਮਣੇ ਖੜ੍ਹੇ ਆ ਜਹਾਜ਼ਾਂ ਵਰਗੇ ਇੰਜਨ। ਇਹ ਹੈ ਜੀ ਰਿਵਾੜੀ ਦੇ ਵਿੱਚ ਰੇਲਵੇ ਮਿਊਜ਼ੀਅਮ ਦਾ ਐਂਟਰੀ ਗੇਟ।